ਬੁਰਾ ਇਸ ਲਈ ਤੂਫਾਨ ਹੈ, ਬਹੁਤ ਬੁਰਾ ਤੂਫਾਨ। ਵੱਟੇ ਆਸਤਾ ਆਸਤਾ ਕੀ ਹੈ ਵਾ, ਉਸਦੇ ਸਾਹ ਹੱਥ ਪਕੜੋ। ਬਾਬਾ ਖਾਨ ਬਹੁਤ ਖੁਸ਼ ਨਜ਼ਰ ਆ ਰਿਹਾ, ਬਹੁਤ ਜ਼ਿਆਦਾ ਤੂਫਾਨੀ ਬਾਰਿਸ਼ ਹੈ। ਪਿਛਲੀ ਵੀਡੀਓ ਦੱਸਿਆ ਸੀ ਕਿ ਗਾਰਾ ਨੇ ਬਿਲਕੁਲ ਨਾਲ ਪਾਣੀ ਲੱਗੀ ਆਇਆ ਸੀ ਦਰਵਾਜ਼ੇ ਗਏ, ਔਰ ਅੱਜ ਜਨਾਬੇ ਵਾਲਾ ਅਸਾਂ ਸਾਰਾ ਸਮਾਨ ਕੱਢਣ ਵਾਸਤੇ ਜਾ ਰਿਹਾ ਮਾੜੇ ਨਾਲ ਤੱਕ ਸਕਣਾ। ਮਾਸ਼ਾਅੱਲਾ ਬਾਬਾ ਖਾਨ ਸਭ ਕੋ ਸਲਾਮ ਦੁਆ ਦੇ ਦੇ। ਅਸਲਾਮ ਵਾਲੇਕੁਮ, ਸਭ ਕਾ ਮੈਂ ਸਲਾਮ ਕਬੂਲ ਮਨਜ਼ੂਰ ਕਰੋ। ਮਾਸ਼ਾਅੱਲਾ ਜੀ, ਬਾਬਾ ਖਾਨ ਵਾਲ ਨਾਲ ਅਸਾਂ ਦਵਾਂ ਮਿਹਨਤ ਲੈ ਕੀਤੇ ਸੀ, ਅੱਜ ਜਾਈ ਗਿਆ ਤਾਂ ਸੂਰਤ ਹਾਲ ਤੱਕ ਰਿਹਾ। ਯਕੀਨਨ ਪਾਣੀ ਕੱਲ ਗਾ ਰਿਹਾ ਤੂੰ ਤਕਰੀਬਨ 10 ਫੁੱਟ ਦੂਰ ਸੀ ਗਾ ਰਿਹਾ ਜਿਹੜਾ ਦਰਵਾਜ਼ਾ ਸੀ, ਔਰ ਅੱਜ ਇਤਨੀ ਰਾਤੀ ਬਾਰਿਸ਼ ਹੋਈ ਹੈ ਨਾ ਕਿ ਪੁੱਛੋ ਕੋਣਾ, ਤੂਫਾਨੀ ਔਰ ਬਰਫਾਨੀ ਬਾਰਿਸ਼ ਹੋਈ ਹੈ ਰਾਤੀ। ਤੇ ਹੁਣ ਜੁਲੀ ਗਿਆ ਹਾਲਾਤ ਵਾਕਿਆ ਤੱਕਣੇ, ਆਸਮਾਨ ਕਾਫੀ ਜ਼ਿਆਦਾ ਸਾੜਾ, ਛੱਤ ਵੀ ਜਿਹੜਾ ਵੈ ਨਾ ਉਹਨੇ ਸਾਰੇ ਪਾਂਸ ਪੱਤੇ ਜਿਸ ਇਸਤੇਮਾਲ ਹਨ ਉਹ ਵੀ ਲਾਸਾਂ। ਤੇ ਜੁਲਨੇ ਆ ਤੇ ਤੁਸਾਂ ਕੀ ਇਨਸ਼ਾਅੱਲਾ ਦੱਸਨੇ ਆ ਤੱਕਣੇ। ਉਸ ਬਾਰਿਸ਼ ਬਣਦੀ ਵੀ ਹੈ ਤੇ ਡੈਮ ਵਾਲੀ ਸਾਈਡ ਬਹੁਤ ਜ਼ਿਆਦਾ ਬਾਰਿਸ਼ ਇਸ ਲਈ ਆਈ ਗਈ ਹੈ, ਪਤਾ ਨੀ ਹੁਣ ਲੈਸੀ ਜਾਂ ਨਹੀਂ ਲੈਣੀ, ਲੇਕਿਨ ਆਈ ਗਈ ਹੈ। ਅੱਲਾ ਖੈਰ ਕਰਨ ਤੇ ਅਸੀਂ ਮੌਕਾ ਲੱਭੀ ਜਾਂ ਸਮਾਨ ਸਾਰਾ ਕੱਢਣੇ ਨਾ ਵੱਡਾ ਤੱਕਣੇ। ਉਸ ਬਗਲੂ ਸਾਹਿਬ ਨੇ ਚੁਗਣ ਲੱਗੀਆਂ, ਬਸ ਬਗਲੂ ਸਾਹਿਬ ਹੋਰ ਵੀ ਹੁਣ ਇੱਥੋਂ ਜਲਦੀ ਜਾਸਣ, ਟਾਈਮ ਥੋੜਾ ਰਹਿ ਗਿਆ ਇਹਨਾਂ ਨਾਲ। ਮਾਸ਼ਾਅੱਲਾ ਜੀ, ਮੈਂ ਤਾਂ ਬਾਬਾ ਖਾਨ ਹੈ ਤਾਂ ਪੁੱਜੇ ਆ, ਗਿਣਤੀ ਇਹਨਾਂ ਨੇ ਹੱਥਾਂ 'ਚ ਹੈ। ਅੱਲਾ ਖੈਰ ਕਰਨ, ਹੁਣ ਪਤਾ ਨਹੀਂ ਕਿਆ ਬਣਨਾ ਵੈ ਤੇ ਜੁਲੀ ਕਿਆ ਚੈੱਕ ਕਰਨੇ ਆ ਹਾਲਾਤ। ਅੱਜ ਜਿਹੜਾ ਨਾ ਗਾਰਿਆਂ ਨੇ ਬਹੁਤ ਜ਼ਿਆਦਾ ਖਰਾਬ ਦਿਸਣਾ ਹੈ। ਸਰ ਕੀ ਹਾਲ ਹੈ ਤੁਹਾਨੂੰ? ਹਾਲ ਬਹੁਤ ਬੜਾ, ਮੈਂ ਤਾਂ ਖਾਨ ਮਸਾਲਾ ਹਰ ਚੀਜ਼ ਲਾਈ ਮੱਛੀ ਅੰਦਰ ਬੜੇ ਆ ਤਾਂ ਦਸਤੀ ਪਿੱਛੇ ਨਿਕਲਿਆ ਮੈਂ ਖਾਨ ਪਿੱਛੇ ਮੁੜ ਪਾਣੀ ਬੜੀ ਗਏ, ਪਾਣੀ ਬੜੀ ਗਿਆ ਬੜੀ ਗਿਆ, ਔਰ ਗਾਰ ਸਾਰੀ ਟੇ ਪਈ ਅੱਗੋਂ। ਓਏ 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 ਜਨਾਬ, ਗਾਰ ਸਹੀ ਪਈ ਹੈ ਜੀ ਅੱਗੋਂ, ਉਹ ਤੱਕ ਹੋਣਾ ਵੱਡੇ ਛੱਟੇ ਜਿਹੜੇ ਪੱਕੀ ਭਰਤੀ ਸੀ ਉਹ ਟੁੱਟੀ ਪਈ ਹੈ। ਓਏ ਹੋ, ਸਾਰੀ ਜਾਨ ਕਿਵੇਂ ਬਚੀ ਹੈ ਨਾ ਜੀ। ਇਹ ਆਨੰਦ ਜੀ ਬਈ, ਇਹ ਅੱਛੀ ਕਿ ਇੱਥੇ ਸਵੇਲੇ ਸਵੇਲੇ ਮੱਛੀ ਪਕਾਉਣ ਲੈ ਸਨ ਤਾਂ ਇਸ ਲਈ ਤਾਂ ਲਓ ਜੀ ਜਨਾਬ, ਇਹ ਤਾਂ ਸੀਨ ਹੀ ਬਦਲੀ ਗਿਆ ਵਾ ਬਾਬਾ ਖਾਨ, ਆਰਾਮ ਸੇ ਦਰਵਾਜ਼ਾ ਨਹੀਂ ਉਤਰੇਗਾ ਉਹ ਦੇਖੋ ਸਾਰਾ ਬਟੇ ਉਹ ਤੱਕ ਜਨਾਬ ਗਾਰਿਆ ਅੰਦਰ ਬਹੁਤ ਹੀ ਜੁਲਸਾ, ਪਾਣੀ ਬੜੀ ਆਇਆ ਗਾਰਿਆਂ ਨੇ ਅੰਦਰ, ਜੁਲੀ ਸਾਰਾ ਸੀਨ ਦੱਸਣੇ ਆ। ਹੁਣ ਸਮਾਨ ਅਸੀਂ ਪ੍ਰਸਾਂਗ ਲਾਈ ਕਰਨਾ ਪਏ ਸੀ, ਅਗਲੇ ਮੂੰਹਾਂ 'ਚ ਪਾਣੀ ਕਾਫੀ ਜ਼ਿਆਦਾ ਅੰਦਰ ਬੜੀ ਆਇਆ, ਲੇਕਿਨ ਮੈਂ ਤਾਂ ਬਾਬਾ ਖਾਨ ਜਿਹੜਾ ਨਾ ਇਸ ਨੂੰ ਛੱਤ ਫੌਰਨ ਕਲੀਅਰ ਕਰਾਂ। ਇਹ ਬਾਂਸ ਜਿਹੜੇ ਨਾ ਇਹ ਬੜੇ ਕੀਮਤੀ ਸਾੜੇ ਤੇ, ਇਹ ਲਾਸ ਮਾੜੀ ਚਿਮਣੀ ਤੂੰ ਆਂਦਾ ਨੀ ਲਿਖਣਾ ਤੱਕ ਉਸ ਮਾੜੀ ਚਿਮਣੀ, ਉਹ ਬੜੀ ਯਾਦ ਅੱਛੀ ਹੋਏ ਮੱਛੀਆਂ ਕੁਕਿੰਗ ਕਰਸਣ ਹੋਏ ਬਾਬਾ ਖਾਨ ਇਧਰ ਮੱਛੀ ਕੁਕਿੰਗ ਕਰੇਗਾ। ਮਾਸ਼ਾਅੱਲਾ ਮਾਸ਼ਾਅੱਲਾ ਮੱਛੀ ਕੁਕਿੰਗ ਕਰੇਗਾ। ਓ ਬੜੇ ਪਿਆਰ ਨਾਲ ਲਾਲ ਸਣੋ ਬਾਂਸ ਹੋਏ, ਬਾਬਾ ਖਾਨ ਬਹੁਤ ਮਿਹਨਤ ਕੀ ਥੀ ਇਧਰ ਆਈ ਰਹੇ ਨੇ, ਖੁਸ਼ ਐਸੇ ਹੋਤਾ ਹੈ ਉਮਰਾ ਹੋ ਗਿਆ। ਬਾਬਾ ਖਾਨ ਬਹੁਤ ਖੁਸ਼ ਨਜ਼ਰ ਆ ਰਹੇ ਹੈ, ਬਾਬਾ ਖਾਨ ਤੇ ਹੋਰ ਬਣਾਏਗਾ ਹੋਰ ਆਈ ਹੋਰ ਉਮਰਾ ਹੋ ਜਾਸੀ ਤੇ ਉਮਰਾ ਹੋ ਜਾਏਗਾ ਨਹੀਂ ਇਨਸ਼ਾਅੱਲਾ ਵੀ ਬਾਬਾ ਹਜ ਕੇ ਲਈ ਜਾਏਗਾ। ਅੱਲਾ ਕਰੀਮ ਅੱਲਾ ਕਰੀਮ, ਹਾਂ
ਥੋੜਾ ਥੋੜਾ ਪੈਸਾ ਲੈ ਗਿਆ ਮੇਰਾ ਕੰਮ ਹੋਤੇ ਇਨਸ਼ਾਅੱਲਾ ਇਨਸ਼ਾਅੱਲਾ ਇਸ ਲਈ ਜਿਹੜਾ ਮੌਸਮ ਹੈ ਇਸਕੀ ਵੀ ਨਜ਼ਰ ਮਾਰੋ ਹਾਂ ਜਨਾਬ ਕਿਆ ਪਾਣਾ ਬਾਰਿਸ਼ ਹੈ ਤੂਫਾਨੀ ਬਾਰਿਸ਼ ਆਈ ਹੈ ਦਰੇ ਲੱਗੀ ਹੋਈ ਹੈ ਬਾਰਿਸ਼ ਸਾਹਮਣੇ ਦੇਖੋ ਜਨਾਬ ਕਿਤਰਿਆਂ ਦਿਹਾੜਿਆਂ ਤੋਂ ਮੈਂ ਕੇਵ ਹਾਊਸ ਪਰ ਦਰਸ਼ਨਾ ਹੀ ਰਿਹਾ ਕਿ ਇਹ ਮੌਸਮ ਮਿਕੀ ਲੱਭਾ ਇਸਰਾ ਡਾਰਕਨੈਸ ਕਲਾਊਡਸ ਡਾਰਕ ਕਲਾਊਡਸ ਲੱਭਣ ਲੇਕਿਨ ਮਾੜੀ ਕਿਸਮਤ ਹੀ ਨਹੀਂ ਸੀ ਔਰ ਤੱਕੋ ਕਿਸਮਤ ਕਿ ਅੱਜ ਜਿਲ੍ਹਾ ਗਾਰ ਪੱਟਣ ਲਿਆ ਤਾਂ ਤੂਫਾਨੀ ਬਾਰਿਸ਼ ਆਈ ਹੈ ਔਰ ਡਾਰਕ ਕਲਾਊਡਸ ਵੀ ਆਈ ਗਏ ਜਿਹੜਾ ਸੀਨ ਮੈਂ ਪਿੱਛੇ ਦੱਸਣਾ ਚਾਹੁੰਦਾ ਸਾਂ ਅੱਜ ਉਹ ਬਰਾਬਰ ਆਈ ਗਿਆ ਮੈਂ ਜਨਾਬ ਇਹ ਦੇਖੀਏ ਹਾਊਸ ਪਹਿਲੇ ਸ਼ੀਸ਼ਾ ਫਿਰ ਬਾਂਸਾ ਨਾ ਛੱਤ ਤੇ ਹੁਣ ਜਿਹੜਾ ਨਾ ਢਲੀ ਗਿਆ ਤਾਂ ਆਪਣਾ ਸਮਾਨ ਕੱਢ ਸਕਦਾ ਅੰਦਰੋਂ ਜੁਲੂ ਚ ਦੱਸਾਂ ਇਹਨੇ ਰਸਤਿਆਂ ਦੇ ਵਿੱਚੋਂ ਤੋਂ ਬਣਨਾ ਤਾਂ ਨਿਕਲਣਾ ਖਤਰੇ ਤੋਂ ਖਾਲੀ ਨਹੀਂ ਹੈ ਜਨਾਬ ਜਨਾਬ ਸਾਡੇ ਇਸ ਗਮ ਨੇ ਵਿੱਚ ਸ਼ਿਰਕਤ ਵਾਸਤੇ ਇੰਜੀਨੀਅਰ ਸਾਹਿਬ ਆਈ ਗਏ ਜਨਾਬ ਇੰਜੀਨੀਅਰ ਸਾਹਿਬ ਸਾਡੀ ਨਾਲ ਹੋ ਜੇ ਬੂਟ ਜੋ ਜਾਣਾ ਬੂਟ ਤੇ ਚੱਪਲਾਂ ਦੇ ਸਾਰਾ ਕੁਝ ਅਗਲੇ ਸਾਲ ਅਗਰ ਕੋਈ ਚੱਪਲ ਨਵੀਂ ਲਾਣੀ ਪਈ ਜਾਏ ਤੂੰ ਕਰ ਰਿਹਾ ਤੂੰ ਜਨਾਬ ਉਹਨੇ ਮੌਤ ਰਕੂ ਐ ਮੈਂ ਖੁਦ ਚੱਲਣਾ ਜਨਾਬ ਕੰਬਲ ਸ਼ੰਬਲ ਕੱਢ ਦੇ ਵਾਸਤੇ ਤੂੰ ਦੂਰਾ ਪਰ ਕੁਛ ਹੀ ਤਾਂ ਨਹੀਂ ਬਚੀ ਤੰਦੂਰਾ ਪਰ ਕਿਆ ਉਹ ਛਾਵੜਾ ਜਾਂ ਗਮੀ ਗਿਆ ਚੈੜਾ ਜਿਸ ਨਾਲ ਅਸਾਂ ਸਾਹ ਬੰਦ ਕਰ ਰਹੇ ਸਾਂ ਮੱਛੀ ਅੱਛੀ ਨਾ ਅੰਦਰ ਜਨਾਬ ਮੈਂ ਬੜੀਆਂ ਆ ਔਰ ਬਾਰਿਸ਼ ਵੀ ਤੂਫਾਨੀ ਔਰ ਬਰਫਾਨੀ ਆਈ ਗਈ ਹੈ ਨਟ ਕਾਬਲੇ ਬਾਬਾ ਰੇਲੀ ਦਰੇ ਫੜਾ ਨੀ ਉਹ ਬੱਟਾ ਇਸ ਨਾਲ ਬੱਟਾ ਪਿੱਛੇ ਪਿੱਛਾ ਹੀ ਅੱਗੇ ਇਸਨੇ ਬੱਟਾ ਹੈ ਲਾਓ ਸਾ ਕੱਢੋ ਸਾ ਨਿਕਲ ਸੀ ਵਜ਼ਨ ਹੀ ਹੋ ਗਿਆ ਡੱਡੂ ਸਾਮ ਦੇਖੋ ਸਾਮ ਮੁਸ਼ਕਲ ਨਹੀਂ ਹੁੰਦੇ ਇਹ ਕੰਬਲ ਉਠਾਏ ਆਵਾਜ਼ ਪਕੜੋ ਬਿਸਮਿਲਲਾ ਕੰਬਲ ਕੱਢੀ ਜਾਂਦਾ ਜਨਾਬ ਇਸ ਤਰ੍ਹਾਂ ਪਾਣੀ ਅੱਲਾਹ ਅਕਬਰ ਇਹ ਸਭ ਡੁੱਬ ਗਿਆ ਨਹੀਂ ਸਰ ਪਾਣੀ ਮੈਂ ਲੈ ਕੇ ਚਲੋ ਅੱਲਾਹੁ ਅਕਬਰ।
ਚਲੋ ਜੀ ਜਨਾਬ, ਛੱਤ ਤਾਂ ਪੱਟਣ ਗਿਆ, ਇਧਰੋਂ ਚੀਜ਼ਾਂ ਕੱਢੀਆਂ ਨੂੰ ਮੇਨ ਦਰਵਾਜ਼ੇ ਗਏ ਜੁਲੀ ਹਾਲਾਤ ਤੱਕ ਆ ਕੇ ਆਓ ਜੀ। ਇਹ ਦਾ ਸਾਡਾ ਜਨਾਬ ਵਾਲਾ ਟੇਬਲ, ਹੁਣ ਇਸ ਟੇਬਲ ਆਪ ਕਿਆ ਕੁਕਿੰਗ ਹੋਇਆ ਕਰ ਸੀ। ਇਹ ਟੇਬਲ ਤਾਂ ਕੋਹ ਕਿਤਨਾ ਮਜ਼ਬੂਤ ਹੈ, ਇੰਨੀ ਮਜ਼ਬੂਤੀ ਹੁਣ ਕਿਆ ਚੈੱਕ ਕਰਾਉ ਸਹੀ, ਪਰ ਇਹ ਚਾਹੀ ਗਿਆ ਤਾਂ ਨਵਾਂ ਇਹ ਗੱਤਾ ਲਾਉਣਾ ਪੈ ਸੀ ਇਸਨੇ ਉੱਪਰੋਂ। ਆਓ ਜੀ, ਇਹ ਬੱਟੇ ਸਾਰੇ ਆਸਤਾ ਆਸਤਾ ਜਿਹੜੇ ਨਾ ਸਿੱਧੇ ਪਾਣੀਆਂ ਦੇ ਵਿੱਚ ਫਿਰ ਉੜਨ ਲੱਗੇ ਵੇ। ਸਹਿਮ ਕਰਨਾ ਵੈ, ਬੜਾ ਮੁਸ਼ਕਿਲ ਹੋ ਗਿਆ ਵੈ ਇਸ ਨਾਲ। ਅਸਾਂ ਆਣੇ ਆ ਕਿ ਬੜੀ ਟਾਪ ਨੀ, ਬੜਾ ਸੋਹਣਾ ਦਰਵਾਜ਼ਾ ਤਾਂ ਅਸੀਂ ਛੋੜਾ ਨਾ ਇੱਥੇ, ਫਿਰ ਵੀ ਕੁਰਾ ਕੰਮ ਦੇਸੀ ਸਾਰਾ ਗੋਲ ਮੋਲ ਹੋ ਜਾ। ਪੂਰਾ ਇਸਲਾ ਤੂਫਾਨ ਹੈ, ਪੂਰਾ ਤੂਫਾਨ ਬੱਟੇ ਆਸਤਾ ਆਸਤਾ ਕੀ ਵਾ, ਉਸਨੇ ਸਾਰੇ ਰੁੜਨੇ ਜਾਣੇ। ਅਸਾਂ ਇਹਨਾਂ ਮੈਂ ਦਰਵਾਜ਼ਾ ਕੱਢੀ ਕਿੰਦਾ ਖਾਨ ਭਾਈ ਖਾਨ ਕਰਕੇ ਸਾਰਾ ਸਮਾਨ ਤੇ ਕੱਢਣ ਲੱਗੇ, ਇਹ ਤੱਕ ਨਾ ਤੂਫਾਨ ਜਿਹੜਾ ਇਸਲਾ ਚੱਲਣ ਲੱਗੇ ਆ ਵੇ ਇੱਥੇ। ਉਫ ਪੁੱਛੋ ਨਾ, ਇੰਜੀਨੀਅਰ ਸਾਹਿਬ ਤੱਕੀ ਗਿਆ ਟਵਿਆ ਨਾ। ਬਾਬਾ ਖਾਨ ਆਰਾਮ ਸੇ ਸਮਾਨ ਸਾਰਾ ਗਾਰਿਆਂ ਨੇ ਕੱਢਣਾ ਸੀ, ਲੇਕਿਨ ਸਾਰੀਆਂ ਚੀਜ਼ਾਂ ਤੱਕ ਨੇ ਉਸੋ ਗੱਡੀ ਵਿੱਚ ਬੜੀ ਕੇ ਬਹਿ ਰਹੇ ਆ। ਇੱਧਰ ਇਹ ਤੱਕ ਹਾਂ ਬਾਬਾ ਹਾਂ ਅਸਾਂ ਸਾਰੇ ਕੀਆਂ ਕਿ ਬਹੁਤ ਜ਼ਿਆਦਾ ਕੋ ਨਾ ਜਨਾਬ, ਜਿਹੜੀ ਬਾਰਿਸ਼ ਆਈ ਰਹੀ ਹੈ ਇਧਰੋਂ, ਅਸਾਂ ਵਕਤੀ ਗੱਡੀ ਛੱਪੀ ਗਏ ਹਾਂ, ਵਾਹਿਗੁਰ ਬਾਰਿਸ਼ ਹਟ ਸੀ ਤਾਂ ਫਿਰ ਹੀ ਜਨਾਬ ਵਾਲਾ ਕੁਝ ਸੀ। ਇਹ ਨਜ਼ਰ ਮਾਰੋ ਸਾਹਮਣੇ ਤੋਂ, ਇਸ ਲਈ ਬਾਹਰ ਬਾਰਿਸ਼ ਤੱਕ ਹੀ ਸਕਦੇ ਹੋ ਤੁਸੀਂ ਕਿ ਗਾਰਿਆਂ ਨੂੰ ਪਤਾ ਨਹੀਂ ਕਿ ਕਿਆ ਸੀ, ਲੇਕਿਨ ਬਾਰਿਸ਼ ਬਹੁਤ ਤੇਜ਼ ਹੈ ਲੱਗੀ ਵੀ। ਮਜ਼ੀਦ ਵਾਲੇ ਗਾਰਿਆਂ ਚੋਂ ਸਮਾਨ ਕੱਢਣਾ ਵਾ ਦੇ ਤੱਕ ਹੀ ਕਿਤੇ ਸਾਰੇ ਆਏ ਦਾ। ਓ ਬਾਬਾ ਹਾਨ, ਇੰਜੀਨੀਅਰ ਸਾਹਿਬ, ਵਿਕਾਸ ਸਾਹਿਬ, ਸਾਰੇ ਪ੍ਰੋਗਰਾਮ ਇਹ ਬੜੀ ਗਿਆ ਜਨਾਬ ਕਿ ਜਿੱਚਿਆ ਇੱਥੇ ਬਾਰਿਸ਼ ਖਲ ਨਹੀਂ ਤਾਂ ਮੁੜਨੇ ਆ ਨਾ ਅਸਾਂ ਜਾਸਾ
ਤਾਂ ਪਕੌੜੇ ਸਮੋਸੇ ਕੁਦਰੂ ਖਾਈ ਕੇ ਅੱਜ ਸਾਂ ਜਾਣਾ ਕਾਫੀ ਦੂਰ ਕੁਦਰੇ ਪਏ ਸੀ ਲੇਕਿਨ ਜਨਾਬ ਹੁਣ ਰੇਨ ਨਹੀਂ ਹੋਣਾ ਇਹ ਮੌਸਮ ਤਾਂ ਕੀ ਕਹਿ ਤਾਂ ਭੁੱਖ ਵੀ ਡਾਢੀ ਲੱਗੀ ਆ ਤਾਂ ਚਲੋ ਹਾਂ ਪਕੌੜੇ ਸਮੋਸੇ ਖਾਈ ਕੇ ਗਾ ਰਿਹਾ ਮੁੜਨੇ ਆ ਜੇ ਚਾਰੀਆਂ ਗਾਰ ਬਚੀ ਵੀ ਹੋਈ ਤੇ ਲਓ ਜੀ ਜਨਾਬ ਵਾਪਸ ਚਾਹ ਵੀ ਤਾਂ ਪਕੌੜੇ ਵੀ ਇੱਧਰ ਤੱਕ ਨੇ ਸੋ ਤਾਂ ਸਮੋਸੇ ਵੀ ਜਨਾਬ ਕਿਉਂਕਿ ਬਾਹਰ ਤੂਫਾਨੀ ਬਾਰਿਸ਼ ਹੈ ਤਾਂ ਗਾਰਿਆਂ ਨੇ ਬਾਅਦ ਹੀ ਸੋਚਿਆ ਪਹਿਲੇ ਪੇਟ ਪੂਜਾ ਕਰੀ ਕੇ ਨਾ ਸੌ ਇੱਧਰ ਤੱਕ ਹੀ ਕਿਨੋ ਤਲਾਈ ਨੇ ਵੀ ਚਾਚੀ ਕੇ ਬੜੇ ਆ ਮੈਂ ਆਪਣੀ ਚਾਹ ਤੇ ਪਕੌੜੇ ਰੱਖੇ ਤਾਂ ਖਾਣ ਲੱਗੇ ਵੇ ਆ ਹੁਣ ਬਾਰਿਸ਼ ਖੜ ਹੈ ਤੇ ਫਿਰ ਗਾਰਿਆ ਪਰ ਜੁਲਾ ਆ ਬਹੁਤ ਜ਼ਿਆਦਾ ਤੂਫਾਨੀ ਬਾਰਿਸ਼ ਹੈ ਤਾਂ ਦੁਬਾਰਾ ਅਸਾਂ ਆਏ ਆ ਤਾਂ ਮਸਜਿਦ ਸਿਰ ਸੜੀ ਆ ਤਾਂ ਤੱਕਣੇ ਉਸੋ ਖਲਤੀ ਵੀ ਹੈ ਬਾਰਿਸ਼ ਬਹੁਤ ਸਪੀਡ ਹੀ ਲੱਗੀ ਹੈ ਬਾਕੀ ਕੁਝ ਕੱਖ ਵੀ ਨਹੀਂ ਇੱਥੇ ਬਚਿਆ ਤਾਂ ਗਾਰਿਆਂ ਨੇ ਵੀ ਇਸਲਾ ਲਾ ਤੇ ਤੱਕ ਹੋਣਾ ਚਿਮਣੀ ਛਿਮਣੀ ਅੱਜ ਸਭ ਕੁਝ ਉੱਤਰੀ ਗਿਆ ਦੱਸਾਂ ਇਹ ਲਾ ਤਾਂ ਇਸਲਾ ਗਾਰਿਆਂ ਨੇ ਧਰੇ ਨਜ਼ਰ ਪਾ ਇਹ ਤਾਂ ਕੋਈ ਪਾਣੀ ਕਿਸ ਤਰ੍ਹਾਂ ਛਲ ਪਿਆ ਮਾਰਨ ਲੱਗੇ ਦੱਲੋ ਹੋਏ 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 ਇਹ ਹੁਣ ਜਨਾਬ ਕੁਛ ਟਾਈਮ ਵੀ ਜਿਹੜਾ ਵਾ ਨਾ ਗਾਰ ਦੇ ਸਕਦੀ ਨਾ ਪੱਟੇ ਹੈ ਨਾ ਹਲੇ ਆਪਾਂ ਕੀ ਇਹ ਸਾਈਡ ਜਿਹੜੀਆਂ ਨੀ ਫੜ ਲਈ ਇਹ ਸਾਰੀ ਰੂੜੀ ਗਈ ਹੈ ਐ ਮੈਂ ਤੁਸਾਂ ਕੀ ਦੱਸ ਹਾਂ ਯਾਦ ਤੇ ਸਾਡੇ ਸਾਰੇ ਬੱਟੇ ਤਾਂ ਪਾਣੀ ਕੀ ਕਿਸੇ ਨੇ ਅੰਦਰ ਛਲ ਮਾਰਨਾ ਤਰੀਆਂ ਦਰਵਾਜ਼ਿਆਂ ਚ ਪਾਣੀ ਪਾਣੀ ਹੈ ਇਸ ਲੈ ਜਨਾਬ ਇਸ ਨੇ ਹੋਇਆ ਤੂਫਾਨੀ ਬਾਰਿਸ਼ ਸੀ ਜਿਸਾ ਕਿ ਤੱਕੀ ਕਹਿੰਦਾ ਉਸੇ ਹੁਣ ਅੱਜ ਇੱਕ ਨਵਾਂ ਮਸਲਾ ਬਣੀ ਗਿਆ ਵਾ ਕਿ ਗਾਰ ਸਾਡੀ ਉਸ ਸਾਈਡ ਹੈ ਗਾਰ ਜੁਲੀ ਮੈਂ ਤੁਹਾਨੂੰ ਦੱਸਣਾ ਲੇਕਿਨ ਡੈਮਾਂ ਨੇ ਪਾਣੀ ਇਤਨਾ ਜ਼ਿਆਦਾ ਤੇਜ਼ ਚੜਿਆ ਗਾਰ ਵਾਲੀ ਸਾਈਡੂ ਔਰ ਇਸ ਸਾਡੂ ਇਹ ਪਾਣੀ ਗਿਆ ਆਪਸ ਨੇ ਵਿੱਚ ਮਿਲੀ ਸਾਰਾ ਸਮਾਨ ਗਾਰਿਆ ਭਰੀਆ ਪਿਆ ਹੁਣ ਇਸ ਨੇ ਵਿੱਚ ਇਹਨਾਂ ਗੱਡੀ ਨਾ ਕੋਈ ਚੀਜ਼ ਪਾਰ ਹੀ ਨਹੀਂ ਜਾਈ ਸਕਣੀ ਇਹ ਬੜਾ ਸਾਡੇ ਵਾਸਤੇ ਇੱਕ ਮਸਲਾ ਬਣੀ ਗਿਆ ਵਾ ਕਿ ਹੁਣ ਸਮਾਨ ਮੱਛੀਆਂ ਪਰ ਰਾਹ ਰਹਿਣਾ ਕਿਸ ਤਰ੍ਹਾਂ ਰਾਹ ਰਹਿਣਾ ਔਰ ਗਾਰਿਆ ਦੀ ਇਸ ਲੈ ਕਿਆ ਪੋਜੀਸ਼ਨ ਹੈ ਇਹ ਵੀ ਜੁਲੀ ਕਿਆ ਤੁਸਾਂ ਕੀ ਦੱਸਣੇ ਆ ਇਹ ਜਨਾਬ ਸੂਰਤ ਹਾਲ ਹੈ ਇਸ ਲੈ ਇਹ ਤੱਕ ਸਾਡਾ ਸਮਾਨ ਇੱਥੇ ਹਾਲੇ ਪਏ ਆਵੈ ਇਹ ਬਾਦਸ਼ਾਹ ਸਟੇਬਲ ਸਾਰਾ ਕੁਝ ਤੱਕਣੇ ਇੱਥੇ ਪਏ ਆਵੈ ਲੇਕਿਨ ਅਲਹਮਦੁਲਿਲਾ ਮਸਜਿਦ ਜਿਹੜੀ ਹੈ ਨਾ ਇਹ ਸਟਿਲ ਕਾਇਮ ਹੈ ਤੱਕੋ ਤੇ ਇੱਧਰ ਹੁਣ ਨਜ਼ਰ ਮਾਰੋ ਹਾਂ ਜ਼ਰਾ ਇੱਕ ਇਹ ਸਾਡਾ ਟੇਬਲ ਹੋਣਾ ਸੀ ਇਹ ਪੌੜੀਆਂ ਢਲਣੀਆਂ ਸਨ ਸਾਰੀਆਂ ਇਹ ਸੂਰਤ ਹਾਲ ਹੈ ਜਨਾਬ ਇਸ ਲੈ ਤੱਕੋ ਹਾਂ ਤਾਂ ਇਹ ਜਨਾਬ ਇਹ ਗਾਰ ਹੈ ਇਸ ਲੈ ਜਿਹੜੀ ਕਿ ਪੂਰਾ ਖੂਹ ਬਣੀ ਚੁੱਕੀ ਹੈ ਢੱਠੀ ਨਹੀਂ ਜਨਾਬ ਬਿਲਕੁਲ ਨਹੀਂ ਢੱਠੀ ਬੱਟੇ ਸਾਰੇ ਅੱਗੋਂ ਪਿੱਛੋਂ ਇਸਨੇ ਪੂਰੀ ਕੇ ਨਜ਼ਰ ਮਾਰੋ ਹਾਂ ਲੇਕਿਨ ਗਾਰ ਢੱਠੀ ਨਹੀਂ ਪਰ ਜਨਾਬ ਅਸੀਂ ਮਛੂਆ ਨਹੀਂ ਕਹਿਣਾ ਪਿਆ ਕਿਉਂਕਿ ਰਸਤਾ ਮੁਕੰਮਲ ਉਧਰੋਂ ਬੰਦ ਹੋਈ ਗਿਆ ਮਛੂਏ ਪਰ ਹੁਣ ਸਮਾਨ ਜਿਹੜਾ ਨਾ ਗਾਰਾਂ ਨੇ ਸਾਰਾ ਚਾਹੀ ਗਿਆ ਜਾਸਾ ਇਥੋਂ ਇਹ ਤੱਕੋ ਹਾਂ ਜਨਾਬ ਰਾਤ ਚੈੱਕ ਕਰ ਸਾ ਵਈ ਇਹ ਟੱਠੀ ਹੈ ਹਾਲੇ ਕਾਇਮ ਹੈ ਇਧਰ ਤਾਂ ਤੱਕੀ ਰਹੇ ਹੋ ਤੁਸੀਂ ਸਾਰੇ ਨੇ ਅਸਾਂ ਜੇ ਕਹਿੰਦੇ ਅੰਨਾ ਤੇ ਸਾਰਾ ਭਰਨ ਗਿਆ ਵਾ ਤਾਂ ਜੀ ਦੀ ਅਸਾਂ ਵੀ ਨਗਾ ਦੱਸੀਆਂ ਬੜਾ ਰਿਕਸ ਲੈ ਰਹੇ ਨੇ ਯਾਰ ਫੋਨ ਸਾਹਿਬ ਰੋਮੋ ਦਾ ਜੀ ਰਾਮਾ ਦਾ ਜਨਾਬ ਆਖਰੀ ਵਾਰੀ ਸਮਾਨ ਇਹਦਾ ਅਲਵਿਦਾ ਗਾਰਿਆਂ ਦਾ ਸਮਾਨ ਸਾਰਾ ਜਾਈ ਰਿਹਾ ਇਹਦਾ ਤੇ ਅੱਲਾ ਸੋਹਣੇ ਨਿਭਾਲਿਆ ਜੀ ਹੁਣ ਗਾਰਿਆਂ ਕੀ ਵੀ ਅਸਾਂ ਜਿਹੜਾ ਨਾ ਅੱਜ ਅੱਲਾ ਸੋਹਣੇ ਨਿਭਾਲਿਆ ਕਰੀਏ ਜਾਈ ਰਿਹਾ ਕੀ ਆ ਕਿ ਇਸ ਤੋਂ ਬਾਅਦ ਇੱਥੇ ਐਕਸੈਸ ਨਹੀਂ ਰਹੇ ਲਾਛਣੇ ਨਾ ਇਹ ਟੇਬਲ ਇਹ ਗਾਰ ਅਗਲੇ ਸਾਲਾਂ ਤੱਕ ਯਾਦ ਰੱਖਿਆ ਸੀ ਮੁੜੀ ਡੈਮ ਲਏ ਸੀ ਤਾਂ ਫਿਰ ਚੈੱਕ ਕਰ ਸਸ ਇਸ ਤੱਕ ਉਹ ਪਾਣੀ ਕੁਛ ਆ ਹੀ ਗਿਆ ਵੈ
ਤੇ ਹਾਲੇ ਤੱਕ ਤੱਕੀ ਸਕਣੇ ਉਥੋਂ ਪਾਣੀ ਕੁਥਾ ਛਲੱਕੇ ਮਾਰਨਾ ਹੈ ਲੇਕਿਨ ਸਾਡੀ ਮਸਜਿਦ ਕਿਸ ਤਰ੍ਹਾਂ ਕਾਇਮ ਹੋ ਦਾਇਮ ਹੈ ਅਲਹਮਦੁਲਿਲਾਹ ਨਜ਼ਰ ਮਾਰੋ ਹਾਂ ਐਦਾ ਤੱਕੋ ਹਾਲੇ ਮਸਜਿਦ ਕਿਸ ਤਰ੍ਹਾਂ ਕਾਇਮ ਹੋ ਦਾਇਮ ਹੈ